सब्सक्राइब करें चर्चिकला टाइम टीवी को और लेटेस्ट अपडेट पाने के लिए प्रेस करें बेल आइकन को। गौड़ी महला पंजवा, जाको अपनी कृपा धारे, सो जन रसना नाम उचारे। हर विसरत सहसा दुख व्यापे, सिमरत नाम परम भव भागे रहाओ। हर कीर्तन सुने हर कीर्तन गावे, तिस जन दुख निकट नहीं आवे। हर की टहल करत जन सो है, ताको माया अगन न पोहे। मन तन मुख हर नाम दयाल, नानक तजियले अवर जंजाल। वाहिगुरु जी का खालसा, वाहिगुरु जी की फतेह। धन धन गुरु अर्जन देव सच्चे पातशाह, जिन्होंने साडे कलजुगी जीवन लई कितना सरल ते सुखैन मार्गदर्शन किया है। आख्या परमात्मा का सिमरन सारिया बरकतों का मालक है। जे सारिया चिंतावां तो दुखां तो बचना है तो परमात्मा का सिमरन करो। तो जिहड़ा परमात्मा का सिमरन करता है उन्हों ना कोई चिंता, ना कोई दुख, ना कोई भरम, ना कोई भुलेख। तो जिहड़ा परमात्मा तो टुट जाता है, विछड़ जाता है, हर बिसरत सहसा दुख व्यापै। हरी नूं भुलदिआं सार जीव नूं सहम चंबड़ जांदा, और सहम दे विच्चों हर वेले जिहड़ा दुख है व्यापै। व्यापै दा मतलब हुंदा है दुख दा प्रभाव पैणा। दुख दे प्रभाव थले प्रभावित हो के मनुख परेशान हो जांदा। हर बिसरत सहसा दुख व्यापै, सिमरत नाम परम पहु भागे। पर परमात्मा दे नाम सिमरन दे नाल, सिमरन करन वाले दे हिरदे विचों भरम भी दूर हो जाते हैं, और जिहड़ा भरम तो पैदा हो गया होया डर है वह भी दूर हो जाता। हुण मनुख परमात्मा नूं भुलदा कदों है? जदों दात प्यारी विसरिया दा तारा, जाने नाही मरन विचारा। जदों परमात्मा दियां दित्तियां होईयां दातां ते लगदियां ने प्यारियां, ते देण वाला जांदा है भुल, फिर मनुख ਉਹਦੀਆਂ ਦਾਤਾਂ ਨੂੰ ਤਾਂ ਘੁੱਟ ਘੁੱਟ ਕੇ ਜੱਫੇ ਮਾਰਦਾ, ਪਰ ਦੇਣ ਵਾਲੇ ਨੂੰ ਭੁੱਲ ਜਾਂਦਾ। ਇਹ ਕਾਰਨ ਵੀ ਦੱਸਦਾ ਮਹਾਰਾਜ ਨੂੰ। ਹਰ ਬਿਸਰਤ ਸਹਿਸਾ ਦੁੱਖ ਵਿਆਪੈ। ਪਰ ਇੱਕ ਗੱਲ ਹੋਰ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਜੀ ਨੇ ਸਮਝਾਈ, ਆਖਿਆ ਕੁਝ ਲੋਕ ਬਾਹਰੋਂ ਕਰਮ ਧਰਮ 'ਤੇ ਕਰਦੇ ਰਹਿੰਦੇ ਨੇ, ਪਰ ਅੰਦਰੋਂ ਪਰਮਾਤਮਾ ਦੀ ਯਾਦ ਨਾਲ ਨਹੀਂ ਜੁੜਦੇ। ਭਾਵ ਪੂਜਾ ਪਾਠ ਕਰਨੀ, ਹੋਰ ਦਿਖਾਵੇ ਕਰਨ ਵਿੱਚ ਲੱਗੇ ਰਹਿੰਦੇ ਨੇ, ਪਰ ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ, ਰਹੇ ਭਰਮ ਭੁਲਾਏ। ਸਹਿਸਾ ਜੀਓ ਮਲੀਨ ਹੈ, ਸਹਿਸੇ ਦੇ ਨਾਲ ਮਨ ਮਲੀਨ ਹੋਇਆ ਰਹਿੰਦਾ, ਹਰ ਵੇਲੇ ਡਰਿਆ ਡਰਿਆ ਰਹਿੰਦਾ। ਔਰ ਬਿਨਾਂ ਪਰਮਾਤਮਾ ਦੇ ਨਾਮ ਤੋਂ ਇਹ ਸਹਿਸਾ ਦੂਰ ਹੀ ਨਹੀਂ ਉੱਠ ਸਕਦਾ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਸਾਰੇ ਦੁੱਖਾਂ ਦਾ ਮੁੱਢ ਇੱਥੋਂ ਸਮਝਦੇ।
हर बिसरत सहसा दुख व्यापै। हरी नूं भुलदिआं सार मनुख नूं कई तरह के सहम चंबड़ जाते और दुख जिहड़ा है इस उत्ते मारू असर करदा। ये दुख दे थले दबिया जांदा। सिमरत नाम परम पहु पाक है। ते नाम सिमरत एक ऐसी शक्ति है कि नाम दे सिमरन नाल इनू एक वड्डी टेक मिल जांदी। वो टेक ऐसी है जिहड़ी कदे साथ नहीं छड्दी। पातशाह इसलिए फरमांदे ने कि जदों नाम असी जपते हाँ ਤਾਂ ਫਿਰ ਕੀ ਹੁੰਦਾ? ਤਾਤੀ ਵਾਓ ਨ ਲਗਈ ਪਾਰ ਬ੍ਰਹਮ ਸ਼ਰਣਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨ ਭਾਈ। ਸਿਮਰਨ ਕਰਨ ਵਾਲੇ ਦੇ ਦੁਆਲੇ ਇੱਕ ਰਾਮਕਾਰ, ਕਾਰ ਕਹਿੰਦੇ ਲਕੀਰ ਨੂੰ, ਰਾਮ ਦੇ ਨਾਮ ਦੀ ਲਕੀਰ ਨਿਕਲ ਜਾਂਦੀ ਔਰ ਉਸ ਲਕੀਰ ਦੇ ਹੋਣ ਕਰਕੇ ਕੋਈ ਦੁੱਖ ਉਹਦੇ ਨੇੜੇ ਨਹੀਂ ਆ ਸਕਦਾ। ਰਾਮਕਾਰ ਪਰਮੇਸ਼ੁਰ ਦੇ ਨਾਮ ਦੀ ਲਕੀਰ, ਜਿਵੇਂ ਕਿਸੇ ਦੇ ਦੁਆਲੇ ਚਾਰ ਦੀਵਾਰੀ ਹੋ ਜਾਏ। ਜਿਵੇਂ ਬਾਣੀ ਵਿੱਚ ਲਿਖਿਆ ਹੈ ਕਿ ਜਿਸ ਤਰ੍ਹਾਂ ਇੱਕ ਤੋਤੇ ਨੂੰ ਪਿੰਜਰੇ ਵਿੱਚ ਬੰਦ ਕਰ ਦਿਓ ਤਾਂ ਹੁਣ ਉਸ ਨੂੰ ਬਿੱਲੇ ਦਾ ਡਰ ਨਹੀਂ। ਸੂਆ ਪਿੰਜਰ ਨਹੀਂ ਖਾਏ ਬਿਲਾਸ, ਬਿਲਾਸ ਦਾ ਮਤਲਬ ਬਿੱਲਾ। ਤੋਤੇ ਨੂੰ ਪਿੰਜਰੇ ਵਿੱਚ ਜਦੋਂ ਤੀਕਰ ਬੰਦ ਹੈ ਉਹਨੂੰ ਕੋਈ ਖਤਰਾ ਨਹੀਂ, ਪਰ ਜਦੋਂ ਤੋਤੇ ਨੂੰ ਪਿੰਜਰੇ ਵਿੱਚੋਂ ਨਿਕਲ ਜਾਏ ਫਿਰ ਕਈ ਤਰ੍ਹਾਂ ਦੇ ਖਤਰੇ ਨੇ। ਭਾਵ ਪਰਮਾਤਮਾ ਦੀ ਸ਼ਰਨ ਵਿੱਚ ਰਹਿਣਾ ਜਿਹੜਾ ਉਹਨੂੰ ਅਨੇਕਾਂ ਦੁੱਖਾਂ ਤੋਂ ਬਚਾਉਂਦਾ। ਤਾਤੀ ਵਾ ਉਹਨਾਂ ਲੱਗਈ ਪਾਰ ਬ੍ਰਹਮ ਸ਼ਰਨਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖ ਦੀਆ ਏਕਾ ਲਿਵਲਾਈ। ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਧ ਮਿਟਾਈ, ਕਉ ਨਾਨਕ ਕਿਰਪਾ ਭਈ ਪ੍ਰਭ ਹੈ ਸਹਾਈ। ਹਰ ਬਿਸਰਤ ਸਹਿਸਾ ਦੁੱਖ ਵਿਆਪੈ, ਸਿਮਰਤ ਨਾਮ ਪਰਮ ਪਹੁ ਭਾਗ ਰਹਾਉ। ਨਾ ਹੁਣ ਪਾਤਸ਼ਾਹ ਪਹਿਲੇ ਪਦ ਵਿੱਚ ਫਰਮਾਉਂਦੇ ਨੇ, ਜਾ ਕੋ ਆਪਣੀ ਕਿਰਪਾ ਧਾਰੈ। ਇਹ ਜਿਹੜਾ ਸਿਮਰਨ ਹੈ ਇਹ ਜੀਵ ਆਪਣੀ ਸਮਰੱਥਾ ਨਾਲ ਨਹੀਂ ਕਰ ਸਕਦਾ ਜਦੋਂ ਤੀਕਰ ਉਹਦੀ ਕਿਰਪਾ ਨਾ ਹੋ। ਕਿਰਪਾ ਬਹੁਤ ਜ਼ਰੂਰੀ ਹੈ। ਕਿਰਪਾ ਕਰਕੇ ਚੰਗੀ ਸੰਗਤ ਮਿਲੇ, ਕਿਰਪਾ ਕਰਕੇ ਚੰਗੀ ਪ੍ਰੇਰਨਾ ਮਿਲੇ, ਇਹ ਉਹਦੀ ਕਿਰਪਾ। ਇਸੇ ਲਈ ਕਿਹਾ ਵੱਡ ਭਾਗੀ ਹਰ ਸੰਗਤ ਪਾਵੇਂ, ਭਾਗਹੀਨ ਭ੍ਰਮ ਝੋਟਾਂ ਖਾਵੇਂ। ਬਿਨ ਭਾਗਾਂ ਸਤਸੰਗ ਨ ਲੱਭੇ, ਬਿਨ ਸੰਗਤ ਮਹਿਲ ਭਰੀ ਜੈ ਜੀਉ। ਜਾ ਕੋ ਆਪਣੀ ਕਿਰਪਾ ਧਾਰੈ। ਜਿਸ ਭਾਗਸ਼ਾਲੀ ਮਨੁੱਖ 'ਤੇ ਉਹਦੀ ਕਿਰਪਾ ਹੋ ਜਾਂਦੀ, ਸੋ ਜਨ ਰਸਨਾ ਨਾਮ ਉਚਾਰੈ। ਉਹ ਜਨ ਫਿਰ ਰਸਨਾ ਦੇ ਨਾਲ ਨਾਮ ਉਚਾਰਨ ਕਰਨ। ਕਈ ਵਾਰੀ ਸਾਨੂੰ ਇਹ ਦੇਖ ਕੇ ਕਿ ਪਰਮਾਤਮਾ ਦਾ ਸਿਮਰਨ ਕਰਨ ਵਾਲੇ ਸੁਖੀ ਕਿਉਂ ਹਨ, ਅਚੰਬਾ ਜਿਹਾ ਹੁੰਦਾ। ਮੈਂ ਇੱਕ ਬਹੁਤ ਛੋਟੇ ਹੁੰਦਿਆਂ ਸਾਖੀ ਪੜ੍ਹੀ ਕਿ ਲਾਹੌਰ ਵਿੱਚ ਰਹਿਣ ਵਾਲੇ ਇੱਕ ਭਗਤ ਛੱਜੂ ਜੀ ਸਨ। ਉਹ ਸਿਮਰਨ ਕਰਦੇ ਸਨ ਅਤੇ ਉਹਨਾਂ ਦੀ ਬੜੀ ਮਾਨਤਾ ਸੀ। ਸਾਦਾ ਪਹਿਨਦੇ, ਸਾਦਾ ਖਾਂਦੇ ਅਤੇ ਸਾਦਗੀ ਵਿੱਚ ਰਹਿ ਕੇ ਹਰ ਵੇਲੇ ਸਿਮਰਨ ਕਰਦੇ। ਕਹਿੰਦੇ ਇੱਕ ਦਿਨ ਦੀ ਗੱਲ, ਬੱਦਲ ਵਾਈ ਹੋਈ ਸੀ, ਮੀਂਹ ਪੈ ਰਿਹਾ ਸੀ, ਕਣੀਆਂ ਚੱਲ ਰਹੀਆਂ ਸਨ ਅਤੇ ਛੱਜੂ ਭਗਤ ਜੀ ਬਾਜ਼ਾਰ ਵਿੱਚੋਂ ਲੰਘੇ। ਇਹ ਬਾਜ਼ਾਰ ਉਹ ਸੀ ਜਿੱਥੇ ਮਿਸਤਰੀ ਮਜ਼ਦੂਰ ਲੋਕ ਬੈਠੇ ਹੁੰਦੇ ਨੇ ਵੀ ਜਿਹਨੂੰ ਲੋੜ ਹੋਵੇਗੀ ਇੱਥੋਂ ਸਾਨੂੰ ਲੈ ਜਾਏਗਾ।
ਕਹਿੰਦੇ ਉਹ ਮੀਂਹ ਕਰਕੇ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਿਆ, ਬੈਠੇ ਆਪਸ ਵਿੱਚ ਝੂਰਦੇ ਨੇ, ਅੱਜ ਦਿਹਾੜੀ ਨਹੀਂ ਲੱਗਣੀ, ਅੱਜ ਚਾਰ ਪੈਸੇ ਨਹੀਂ ਮਿਲਣੇ, ਅੱਜ ਬੱਚਿਆਂ ਨੂੰ ਕਿਵੇਂ ਪਾਲਾਂਗੇ। ਕੋਲੋਂ ਦੀ ਭਗਤ ਜੀ ਲੰਘੇ ਅਤੇ ਭਗਤ ਜੀ ਦੀ ਬੇਫਿਕਰੀ ਅਤੇ ਮਸਤੀ ਅਤੇ ਸਾਦਗੀ ਦੇਖ ਕੇ ਉਹਨਾਂ ਦੇ ਮੂੰਹੋਂ ਨਿਕਲ ਗਿਆ, ਮੌਜਾਂ ਨੇ ਭਗਤਾਂ ਦੀਆਂ, ਵੇਖੋ ਕਿੰਨੀ ਟੌਰ ਨਾਲ ਜਾ ਰਹੇ ਨੇ। ਭਗਤ ਜੀ ਨੇ ਸੁਣ ਲਿਆ, ਥੋੜ੍ਹੀ ਜਿਹੀ ਦੂਰ ਜਾ ਕੇ ਵਾਪਸ ਮੁੜਿਆ ਹੈ। ਕਹਿਣ ਲੱਗੇ, ਕੀ ਗੱਲ ਬਾਈ ਭਗਤੋ, ਅੱਜ ਵਿਹਲੇ ਬੈਠੇ ਹੋ, ਮਾਰੇ ਕੀ ਕਰੀਏ, ਮੀਂਹ ਪੈ ਰਿਹਾ, ਮੀਂਹ ਪੈ ਰਿਹਾ ਅਤੇ ਕਿਸੇ ਨੇ ਅੱਜ ਕੰਮ ਨਹੀਂ ਲਾਉਣਾ ਅਤੇ ਸਾਨੂੰ ਫਿਕਰ। ਕਹਿੰਦੇ ਆਓ ਤੁਹਾਡਾ ਫਿਕਰ ਲਾ ਦਈਏ, ਅਸੀਂ ਤੁਹਾਨੂੰ ਕੰਮ ਲਾਉਂਦੇ ਹਾਂ। ਬੜੇ ਖੁਸ਼ ਹੋ ਗਏ, ਸੋਚਿਆ ਸ਼ਾਇਦ ਭਗਤ ਜੀ ਦਾ ਕੋਈ ਕੰਮ ਛੱਤ ਦੇ ਥੱਲੇ ਦਾ ਹੋਵੇਗਾ, ਚਲੋ ਚੱਲਦੇ ਹਾਂ। ਤੁਰ ਪਏ, ਜਦੋਂ ਉੱਥੇ ਪਹੁੰਚੇ ਤਾਂ ਭਗਤ ਜੀ ਕਹਿਣ ਲੱਗੇ ਵੀ ਕੰਮ ਹੋਰ ਤਾਂ ਕੋਈ ਨਹੀਂ ਕਰਨਾ, ਤੁਸੀਂ ਹੱਥ ਪੈਰ ਧੋ ਲਓ ਅਤੇ ਉਹ ਆਸਣ ਵਿਛੇ ਨੇ ਉਹਦੇ 'ਤੇ ਚੌਂਕੜਾ ਮਾਰ ਕੇ ਬਹਿ ਜਾਓ, ਅਤੇ ਚੌਂਕੜਾ ਮਾਰ ਕੇ ਤੁਸੀਂ ਰਾਮ ਰਾਮ ਕਰੋ। ਕਿੰਨੇ ਘੰਟੇ ਕੰਮ ਕਰਦੇ ਹੋ ਕਿਸੇ ਦੇ ਘਰ? ਕਹਿੰਦੇ ਜੀ 8 ਘੰਟੇ। ਕਹਿੰਦੇ ਕੀ ਮਿਲਦਾ? ਕਹਿੰਦੇ 4 ਆਨੇ ਦਿਹਾੜੀ। ਕਹਿੰਦੇ ਠੀਕ ਹੈ, ਤੁਸੀਂ ਇੱਥੇ 8 ਘੰਟੇ ਬਹਿ ਕੇ ਰਾਮ ਰਾਮ ਕਰਨਾ, ਹੋਰ ਕੁਝ ਨਹੀਂ ਕਰਨਾ। ਤੁਹਾਨੂੰ ਪ੍ਰਸ਼ਾਦੇ ਵੇਲੇ ਪ੍ਰਸ਼ਾਦਾ ਵੀ ਛਕਾਵਾਂਗੇ, ਚਾਹ ਵੇਲੇ ਚਾਹ ਵੀ ਪਿਲਾਵਾਂਗੇ, ਜਾਣ ਲੱਗਿਆਂ ਤੁਹਾਨੂੰ ਦਿਹਾੜੀ ਵੀ ਦਿਆਂਗੇ। ਕੁਝ ਬੈਠ ਗਏ, ਕੋਈ ਅੱਧਾ ਘੰਟਾ ਬੈਠਿਆ, ਕੋਈ ਘੰਟਾ ਬੈਠਿਆ। ਹੁਣ ਉਹ ਦਿਹਾੜੀ ਕਰਨ ਵਾਲੇ ਬੰਦੇ ਕਿੱਥੇ ਸਿਮਰਨ ਵਿੱਚ ਮਨ ਜੁੜੇ, ਲੱਗੇ ਪਾਸੇ ਮਾਰਨ। ਥੋੜ੍ਹੀ ਦੇਰ ਬਾਅਦ ਕਹਿੰਦੇ ਭਗਤ ਜੀ, ਸਾਨੂੰ ਨਹੀਂ ਇਹ ਕੰਮ ਆਉਂਦਾ, ਅਸੀਂ ਨਹੀਂ ਕਰ ਸਕਦੇ। ਦੇਖੋ ਜਦੋਂ ਤੀਕਰ ਉਹਦੀ ਕਿਰਪਾ ਨਾ ਹੋਵੇ, ਇਹ ਮਨ ਨਾਮ ਵਿੱਚ ਵੀ ਨਹੀਂ ਜੁੜਦਾ। ਭਗਤ ਜੀ ਕਹਿਣ ਲੱਗੇ, ਤੁਸੀਂ ਤਾਂ ਕਹਿ ਰਹੇ ਸੀ ਭਗਤ ਜੀ ਦੀਆਂ ਬੜੀਆਂ ਮੌਜਾਂ ਨੇ, ਤੁਹਾਡੇ ਖਿਆਲ ਵਿੱਚ ਸਿਮਰਨ ਕਰਨਾ ਬਹੁਤ ਸੌਖਾ ਹੈ? ਨਹੀਂ ਭਾਈ, ਇਹ ਬੜਾ ਔਖਾ, ਇਹ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ। ਅਸੀਂ ਤੁਹਾਨੂੰ ਕਿਹਾ ਤੁਸੀਂ ਕੋਈ ਕੰਮ ਨਹੀਂ ਕਰਨਾ, ਬਸ ਰਾਮ ਰਾਮ ਕਰੋ ਅਤੇ 8 ਘੰਟਿਆਂ ਬਾਅਦ ਤੁਹਾਨੂੰ ਦਿਹਾੜੀ ਵੀ ਮਿਲ ਜਾਏਗੀ। ਗੱਲ ਕੀ, ਅਸੀਂ ਗੱਲਾਂ ਕਰਦੇ ਹਾਂ, ਰੀਸਾਂ ਕਰੇ ਤਨਾੜੀਆਂ ਜੋ ਸੇਵੇਂ ਦਰ ਖੜੀ, ਇਹ ਕੰਮ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਜਾ ਕੋ ਆਪਣੀ ਕਿਰਪਾ ਧਾਰੈ, ਸੋ ਜਨ ਰਸਨਾ ਨਾਮ ਉਚਾਰੈ, ਹਰ ਬਿਸਰਤ ਸਹਿਸਾ ਦੁੱਖ ਵਿਆਪੈ, ਸਿਮਰਤ ਨਾਮ ਭਰਮ ਪਹੁ ਭਾਗੈ ਰਹਾਉ। ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੈ, ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਕੈਸਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਅਨੁਭਵ, ਉਹਨਾਂ ਦਾ ਆਪਣਾ ਤਜਰਬਾ ਹੈ, ਔਰ ਸਾਨੂੰ ਵੀ ਉਹ ਪ੍ਰੇਰਨਾ ਕਰਦੇ ਨੇ, ਭਾਈ ਜੇ ਦੁੱਖਾਂ ਤੋਂ ਬਚਣਾ ਹੈ ਤਾਂ ਹਰ ਕੀਰਤਨ ਸੁਣੇ, ਹਰ ਕੀਰਤਨ ਗਾਵੇ, ਪਰਮਾਤਮਾ ਦੀ ਕੀਰਤੀ ਕਰੋ, ਪਰਮਾਤਮਾ ਦੇ ਗੁਣ ਗਾਓ। ਔਰ ਫਿਰ ਸੁਖਮਨੀ ਸਾਹਿਬ ਵਿੱਚ ਕਿੰਨਾ ਸੌਖਾ ਤਰੀਕਾ ਦੱਸਿਆ ਕੀਰਤਨ ਕਰਨ ਦਾ, ਕੀਰਤਨ ਸੁਣਨ ਦਾ ਤਰੀਕਾ ਬੜਾ ਸੌਖਾ ਦੱਸੋ। ਆਖਿਆ ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਜਿਹਦੀ ਕਿਰਪਾ ਦੇ ਨਾਲ ਸੋਹਣੇ ਮਕਾਨਾਂ ਵਿੱਚ ਰਹਿੰਦੇ ਹੋ ਨਾ, ਉਹਦਾ ਸ਼ੁਕਰਾਨਾ ਕਰੋ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਜਿਹਦੀ ਕਿਰਪਾ ਨਾਲ ਸਵੇਰੇ ਸ਼ਾਮ ਦੁਪਹਿਰੇ ਹਰ ਵੇਲੇ ਚੰਗੇ ਚੰਗੇ ਪਦਾਰਥ ਖਾਂਦੇ ਹੋ, ਉਹਦਾ ਸ਼ੁਕਰਾਨਾ ਕਰੋ। ਲਓ ਸੌਖਾ ਤਰੀਕਾ ਵੀ ਦੱਸ ਦਿੱਤਾ, ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ, ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੈ,
तिस जन दुख निकट नहीं आवे। देखो दवाई तो दस दिती है पर दवाई की वरतों करनी ये हुण साडा काम है। साडे कोल दवाई भी है पर असीं उहदी वरतों नहीं कर सकते। कुछ तो दलीलां वेखो जी इन्हां दीआं मौजां ने, ये करदे कुछ नहीं, ये आनंद लैंदे ने। ओ भाई तुसीं भी कर लो, गुरदेव ते कह रहे ने, हर कीर्तन सुणे हर कीर्तन गावै तिस जन दुख निकट नहीं आवै। हर की टहल करत जन सोवै, जिहड़ा परमात्मा दी टहल करदा है। टहल की है? सेवा करनी, उहनूं हाजर नाजर समझना, उहदे निर्मल भाव विच रहना। कहिंदे उस सेवक दा जीवन सोहणा बण गया, उहदियां सारियां भैड़ियां आदतां मुक जांदियां ने। जिवें हजारां मण लक्कड़ होवे, उहनूं फूकण वास्ते किन्नी अग चाहीदी? तुसीं आखोगे कि तीली काफ़ी है, बस इसे तरह मेरे पातशाह कहिंदे ने परमात्मा दे नाम सिमरन दे नाल कोर दुखियं अनक हत्यं जन्म दारिद्र्यं महाभिख्यादं मिटंत सगल सिमरंत हर नाम नानक। जैसे पावक काष्ठ भस्मं करोत। आख्या जिस तरह अग हजारां मण लकड़ां दे ढेर नूं एक तीली साड़ के सुआह कर दिंदी, इस तरह एक परमात्मा दे नाम सिमरन दे नाल कोर दुखियं अनक हत्यं जन्म दारिद्र्यं महाभिख्याद इन्ने वड्डे कष्ट मुक जांदे। तो हौली हौली परमात्मा दा सिमरन करन करके जिहड़ा उहदा सेवक है उहदा जीवन सोहणा बन जांदा। उहदी ऐसी घाड़त कढ़ी जांदी है कि उहदे विच्चों सारे औगुण निकल जांदे। हर की टहल करत जन सो है ता को माया अगन न पो है। उसनू फिर ये माया दी जिहड़ी तृष्णा रूपी अग है ना, ये पौंदी नहीं। वो इस माया दे पिछे मरू मरू नहीं करदा, बल्कि बड़े सिदक विच भरोसे विच रहिंदा अते उस वाहिगुरु दे दित्ते हुए रिजक नू पुंचदा भोगदा होया हर वेले उसका शुकराना करना। मन तन मुख हर नाम दयाल। हुण इत्थे मन दे नन्ने नूं सिहारी है, तन दे नन्ने नूं सिहारी है, मुख दे खखे नूं सिहारी। जिहड़े मेरे वीर कह दिंदे ने जी नहीं कोई सिहारियां बिहारियां दा की हुंदा है, ये गुरबाणी ते कोई व्याकरण लागू ही नहीं हुंदा, नहीं नहीं ऐसा ना कहो, बल्कि समझन दा यतन करो। मन तन मुख, मन विच तन विच मूँह विच हर नाम दयाल। जिस दे मन विच मूँह विच शरीर हर वेले उस दया दे घर परमात्मा दा नाम है। नानक तजियले अवर जंजाल। नानक जी फरमांदे ने ਉਹ ਫਿਰ ਸਾਰੇ ਜੰਜਾਲ ਜਿਹੜੇ ਜਿੰਦ ਵਾਸਤੇ ਜਾਲ ਬਣ ਜਾਂਦੇ ਉਹਨੂੰ ਛੱਡ ਦਿੰਦੇ। ਕਿਰਤ ਵੀ ਕਰਦੇ ਨੇ, ਨਾਮ ਵੀ ਜਪਦੇ ਨੇ, ਆਪਣੀ ਡਿਊਟੀ ਦਾ ਪਾਲਣ ਵੀ ਕਰਦੇ ਨੇ, ਪਰ ਸਿਮਰਨ ਦਾ ਪੱਲਾ ਵੀ ਕਦੇ ਨਹੀਂ ਛੱਡਦੇ। ਦੇਖੋ ਜਿਹਨਾਂ ਭਗਤਾਂ ਦੀ ਬਾਣੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀ, ਉਹਨਾਂ ਭਗਤਾਂ ਦਾ ਕਦੇ ਜੀਵਨ ਪੜ੍ਹ ਕੇ ਦੇਖੋ। चाहे वह भगत कबीर जी सन, चाहे वह भगत नामदेव जी सन, चाहे भगत रविदास जी सन, उन्हां 15 भगतों विचों वो सारे किरत करन वाले सन। बल्कि एक बड़ी दिलचस्प गल असी पढ़ते, कहिंदे ने भगत नामदेव ते त्रिलोचन जी दोवें एक समय दे भगत होए ने, बड़ा प्यार सी एक दूजे नाल, रल के भगती दीआं गल्लां करदे सन। ਤਰਲੋਚਨ ਜੀ ਦਾ ਪ੍ਰੋਫੈਸ਼ਨ ਉਹ ਬ੍ਰਾਹਮਣ ਸਨ ਅਤੇ ਨਾਮਦੇਵ ਜੀ
ਛੀਂਬੇ ਸਨ, ਕੱਪੜੇ ਛੀਂਬਦੇ ਸਨ ਅਤੇ ਹਰ ਵੇਲੇ ਸਿਮਰਨ ਵੀ ਕਰਦੇ ਸਨ। ਇੱਕ ਦਿਨ ਤਰਲੋਚਨ ਜੀ ਆਏ, ਨਾਮਦੇਵ ਜੀ ਆਪਣਾ ਕੰਮ ਕਰ ਰਹੇ ਸਨ ਅਤੇ ਉਹਨਾਂ ਨੂੰ ਕੰਮ ਕਰਦਿਆਂ ਦੇਖ ਕੇ ਤਰਲੋਚਨ ਜੀ ਕਹਿਣ ਲੱਗੇ, ਨਾਮਾ ਮਾਇਆ ਮੋਇਆ ਕਹਿ ਤਰਲੋਚਨ ਮੀਤ, ਕਾਹੇ ਛੀ ਪੋਛਾਏ ਲੈ ਰਾਮ ਨ ਲਾਵੋ ਚੀਤ। ਆਖਿਆ ਮੇਰੇ ਨਾਮੇ ਮਿੱਤਰ ਨੂੰ ਮਾਇਆ ਨੇ ਮੋਹ ਲਿਆ, ਹਰ ਵੇਲੇ ਕੱਪੜੇ ਛੇਪਦਾ, ਤੂੰ ਕਿਸੇ ਲਈ ਨਾਮ ਕਿਉਂ ਨਹੀਂ ਜਪਦਾ? ਆਹਾ, ਜੋ ਨਾਮਦੇਵ ਜੀ ਨੇ ਜਵਾਬ ਦਿੱਤਾ, ਆਖਿਆ ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਆਖਿਆ ਨਾਮ ਤੇ ਮੂੰਹ ਨਾਲ ਜਪਣਾ, ਕਿਰਤ ਹੱਥਾਂ ਨਾਲ ਕਰਨੀ। ਇਸੇ ਲਈ ਬਾਬਾ ਨਾਨਕ ਜੀ ਨੇ ਸਾਨੂੰ ਸਿੱਖਾਂ ਨੂੰ ਇਹ ਗੱਲ ਸਮਝਾਈ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਕਿਰਤ ਛੱਡਣੀ ਨਹੀਂ, ਪਰ ਕਿਰਤ ਕਰਦਿਆਂ ਵੀ ਨਾਮ ਜਪਣਾ। ਤੋ ਇਸ ਸਾਰੇ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਆਖਿਆ ਜਾ ਕੋ ਆਪਣੀ ਕਿਰਪਾ ਧਾਰ ਹੈ, ਸੋ ਜਨ ਰਸਨਾ ਨਾਮ ਉਚਾਰੈ, ਹਰ ਬਿਸਰਤ ਸਹਿਸਾ ਦੁੱਖ ਵਿਆਪੈ, ਸਿਮਰਤ ਨਾਮ ਪਰਮ ਪਉ ਪੱਗ ਰਹਾਉ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਤਿਸ ਜਨ ਦੁੱਖ ਨਿਕਟ ਨਹੀਂ ਆਵੈ, ਹਰ ਕੀ ਟਹਿਲ ਕਰਤ ਜਨ ਸੋਹੈ, ਤਾਂ ਕੋ ਮਾਇਆ ਅਗਨ ਨ ਪੋਹੈ, ਮਨ ਤਨ ਮੁਖ ਹਰ ਨਾਮ ਦਇਆਲ, ਨਾਨਕ ਤਜੀਅਲੇ ਅਵਰ ਜੰਜਾਲ। ਨਾਨਕ ਜੀ ਫਰਮਾਉਂਦੇ, ਜਿਹਦੀ ਲਿਪ ਪਰਮਾਤਮਾ ਨਾਲ ਲੱਗ ਜਾਂਦੀ ਉਹ ਫਿਰ ਹੋਰ ਝੂਠੇ ਧੰਦਿਆਂ ਵਿੱਚ ਆਪਣੇ ਆਪ ਨੂੰ ਖਚਤ ਨਹੀਂ ਕਰਦਾ, ਪਰ ਨਾਮ ਜਪਦਾ ਹੋਇਆ ਕਿਰਤ ਵੀ ਕਰਦਾ ਅਤੇ ਕਿਰਤ ਕਰਦਾ ਹੋਇਆ ਨਾਮ ਵੀ ਜਪਦਾ ਹੈ, ਉਹਦੀ ਕਿਰਤ ਵੀ ਬੜੀ ਸੁੰਦਰ ਬਣ ਜਾਂਦੀ ਹੈ। ਤੋ ਜੋ ਜੋ ਕਥੈ ਸੁਣੇ ਹਰ ਕੀਰਤਨ, ਤਾਂ ਕੀ ਦੁਰਮਤ ਨਾਸ, ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ। ਆਓ ਗੁਰੂ ਕੀ ਬਾਣੀ ਤੋਂ ਪ੍ਰੇਰਨਾ ਲੈ ਕੇ ਅਸੀਂ ਵੀ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਉਹਦਾ ਨਾਮ ਜਪੀਏ ਅਤੇ ਦੁੱਖਾਂ ਤੋਂ ਬਚੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।